सत श्री अकाल, तुसी विजन पंजाब टीवी देख रहे हो ते मैं आ रवि संघ राहुर। जे तुसी पुलिस मुलाजम हो ते किसे थाने दे विच किसे चौंकी दे विच अपना इंचार्ज दा अहुदा संभल जा रहे हो तां इह खबर तुहाडे लई है। जां तुसी सरकारी कर्मचारी हो तां खबर तुहाडे लई है, क्योंकि हुण तुहानू हर एक एरिए दे विच जाके उत्थों दे MLA दे दरबार दे विच सब तो पहला हाजरी लवाउणी पैणी है। उत्थे जाके दुआ सलाम करनी पैनी है, क्योंकि एक बार फिर तो उही राजा महाराजा वालियां फीलिंगां हुण इह सरकार दे विधायकां ने लैणियां शुरू करतीआं ने। तां इह खबर हैगी है पट्टी तों विधायक हरमिंदर सिंह गिल, जिन्हां दे एक ऑडियो वायरल होई है जिस दे विच ओह एक थाणा इंचार्ज नूं बहुत तरीके दे नाल रोब मारदे नज़र आउंदे आ। ਇਹ ਥਾਣਾ ਸੀਗਾ ਹਰੀਕੇ ਦਾ, ਜਿਹਨੂੰ ਆਪਾਂ ਹਰੀਕੇ ਪੱਤਣ ਕਹਿੰਦੇ ਹਾਂ। ਉੱਥੋਂ ਦੀ ਚੌਂਕੀ ਹੈ ਜਿੱਥੇ ਇੱਕ SHO ਨੇ ਆਪਣਾ ਅਹੁਦਾ ਸੰਭਾਲਿਆ ਸੀ ਅਤੇ ਉਹਨਾਂ ਨੂੰ MLA ਸਾਹਿਬ ਦਾ ਫੋਨ ਜਾਂਦਾ ਹੈ ਅਤੇ ਉਹਨਾਂ ਨੂੰ ਪੁੱਛਦੇ ਨੇ ਕਿ ਤੈਨੂੰ 2 ਦਿਨ ਹੋ ਗਏ ਅਹੁਦਾ ਸੰਭਾਲਿਆ, ਤੂੰ ਮੇਰੇ ਦਰਬਾਰ 'ਤੇ ਆ ਕੇ ਦੁਆ ਸਲਾਮ ਕਿਉਂ ਨਹੀਂ ਕੀਤੀ? ਕੀ ਤੈਨੂੰ ਕਾਇਦੇ ਕਾਨੂੰਨ ਦਾ ਪਤਾ ਨਹੀਂ ਕਿ ਇੱਕ ਵਿਧਾਇਕ ਦੀ ਪਹੁੰਚ ਕਿੰਨੀ ਹੁੰਦੀ ਹੈ, ਇੱਕ ਵਿਧਾਇਕ ਦਾ ਅਹੁਦਾ ਕੀ ਹੁੰਦਾ ਹੈ? ਕੀ ਤੈਨੂੰ ਇਹ ਸਾਰੀ ਸਮਝ ਨਹੀਂ? ਤਾਂ ਇਹ ਜਿਹੜੀਆਂ ਗੱਲਾਂ ਇਹ ਵਿਧਾਇਕ ਦੇ ਵੱਲੋਂ ਕਹੀਆਂ ਗਈਆਂ, ਕਰਾਂਗੇ ਪੂਰੀ ਗੱਲਬਾਤ, ਪਰ ਉਸ ਤੋਂ ਪਹਿਲਾਂ ਤੁਸੀਂ ਇਹ ਆਡੀਓ ਸੁਣੋ ਅਤੇ ਫਿਰ ਕਰਦੇ ਆਪਾਂ ਅੱਗੇ ਗੱਲਬਾਤ। SHO ਸਾਹਿਬ ਬੋਲ ਰਹੇ ਜੀ, ਹਰੀ ਕਿਤੋਂ? ਹਾਂਜੀ ਹਾਂਜੀ ਹਾਂਜੀ, MLA ਸਾਹਿਬ ਗੱਲ ਕਰਨਗੇ ਜੀ। ਹਾਂਜੀ ਭਾਜੀ, SHO ਸਾਹਿਬ ਲਾਈਨ 'ਤੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ MLA ਸਾਹਿਬ। ਹਾਂਜੀ, ਤੁਸੀਂ ਕਿੰਨੇ ਦਿਨ ਦੇ ਲੱਗੇ ਜੀ ਇੱਥੇ ਹਰੀਕੇ ਥਾਣੇ? ਹਾਂਜੀ ਹੈਂ, ਹਾਂਜੀ ਸਰ, ਕਿੰਨੇ ਦਿਨ ਹੋ ਗਏ ਤੁਹਾਨੂੰ ਹਰੀਕੇ ਲੱਗਣ? ਮੇਰੀ ਪਰਸੋਂ ਹਾਰੀ ਹੋਈ। ਕਿੰਨੇ ਦਿਨ ਹੋਏ ਤੁਹਾਨੂੰ ਹਰੀਕੇ ਲੱਗਿਆ ਨੂੰ ਦੱਸੋ? ਪਰਸੋਂ ਹਾਰੀ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਇੱਥੇ ਪੱਟੀ ਹਲਕੇ 'ਚ ਕੋਈ MLA ਨਹੀਂ ਗਾ, ਉਹਨੂੰ ਕੱਲ੍ਹ ਟੈਲੀਫੋਨ ਕਰਨਾ ਹੈਂ? ਨਹੀਂ ਸਰ, ਮੈਂ ਪਰਮਿਸ਼ਨ ਲਈ ਸੀਗੀ ਸਰ ਤੋਂ। ਇੱਕ ਮੇਰੀ ਸੁਣ ਲਾ, ਮੇਰੇ ਛੋਟੇ ਵੀਰ, MLA ਦੀ ਕੋਈ ਪਾਵਰ ਹੁੰਦੀ ਆ? ਹਾਂਜੀ, ਬੁੱਧੂ ਨਹੀਂ MLA ਤੁਰੇ ਫਿਰਦੇ ਜਿੱਥੇ ਜਿੱਥੇ ਮਰਜ਼ੀ SHO ਲੱਗ ਜਾਓ, ਜਿੱਥੇ ਮਰਜ਼ੀ ਚੌਂਕੀ ਇੰਚਾਰਜ ਲੱਗ ਜਾਓ, ਤੇ ਬੁੱਧੂ ਨਹੀਂ ਗਏ MLA? ਨਹੀਂ ਨਹੀਂ, ਤੁਹਾਡੇ ਮਨ 'ਚ ਕੋਈ ਸ਼ਾਇਦ ਭੁਲੇਖਾ ਹੋਵੇ, ਜਿੱਥੇ ਮਰਜ਼ੀ ਐਸਾ ਕਰਦੇ ਰਹੋ, ਤੂੰ ਕਿਵੇਂ SHO ਸ਼ਿਫਟ ਕਰੇਗਾ MLA ਨੂੰ ਗੱਲ ਕਰਨ ਤੋਂ ਬਿਨਾਂ? ਨਹੀਂ ਸਰ, ਕਰਤੀ ਗੱਲ ਕੀਤੀ ਹੈ ਮੈਨੂੰ? ਨਹੀਂ, ਤੂੰ ਕਰਤੀ ਗੱਲ ਕੀਤੀ ਹੈ ਮੈਨੂੰ? ਨਹੀਂ ਸਰ, ਇਹੋ ਜਿਹੀ ਤਾਂ ਗੱਲ ਕੋਈ ਨਹੀਂ। ਦੱਸੋ ਮੈਨੂੰ, ਮੈਂ ਇੱਥੇ MLA, ਮੈਂ ਪਾਕਿਸਤਾਨ ਦੇ ਵਿੱਚ ਚਲ ਗਿਆ, ਮੈਨੂੰ ਕਰਤੀ ਗੱਲ ਕੀਤੀ ਹੈ, ਟੈਲੀਫੋਨ ਕੀਤਾ ਹੈ? ਕਿੰਨੇ MLA ਨੇ ਪੱਟੀ ਹਲਕੇ ਦੇ ਵਿੱਚ? ਨਹੀਂ ਸਰ, ਤੂੰ ਸਮਾਨ ਤੋਂ ਟਿਕਿਆ? ਨਹੀਂ ਸਰ, ਇਹ ਤੂੰ ਮੈਨੂੰ ਦੱਸ ਆਪਣੇ ਕੀ ਸਮਝਦਾ ਤੂੰ? ਨਹੀਂ ਸਰ, ਇਹੋ ਜਿਹੀ ਤਾਂ ਕੋਈ ਗੱਲ, ਤੂੰ ਰੱਬ ਬਣ ਕੇ SHO ਲੱਗ ਗਿਆ ਤੂੰ? ਨਹੀਂ ਨਹੀਂ ਸਰ, ਇਹੋ ਜਿਹੀ ਤਾਂ ਕੋਈ ਗੱਲ, ਤੂੰ ਮੈਨੂੰ ਦੱਸ, ਮੈਨੂੰ ਦੱਸ ਵੀ ਜਿਉਂਦਾ SHO ਲੋਗਾ, ਕਿੰਨੀ ਵਾਰੀ SSP ਨੇ ਆਪਣੇ ਨਾਲ ਗੱਲ ਕੀਤੀ ਤੂੰ? ਬਲਬੀਰ ਸਿੰਘ ਥਾਣੇਦਾਰ ਨੂੰ ਮੈਂ ਕੰਮ ਗਿਆ, ਤੈਨੂੰ ਉਹਨੇ ਦੱਸਿਆ ਵੀ ਅਲੀਪੁਰ ਦਾ ਕੰਮ ਗਿਆ, ਤੂੰ ਕਿਉਂ ਰੋਕਿਆ ਉਹਨੂੰ ਕੰਮ ਕਰਨ ਤੋਂ? ਕਿਹੜਾ ਸਰ, ਕਿਹੜਾ ਕੰਮ? ਬਲਬੀਰ ਸਿੰਘ ਥਾਣੇਦਾਰ ਨੂੰ ਪੁੱਛੇ ਅਲੀਪੁਰ ਵਾਸਤੇ ਗਿਆ? ਨਹੀਂ ਸਰ, ਮੇਰੇ ਨੌਲੇਜ 'ਚ ਨਹੀਂ ਹੋ। ਤਾਂ ਸੁਣਿਆ ਤੁਸੀਂ, ਵਿਧਾਇਕ ਸਾਹਿਬ ਕਾਇਦੇ ਅਤੇ ਕਾਨੂੰਨ ਸਿਖਾ ਰਿਹਾ ਇੱਕ SHO ਨੂੰ ਕਿ ਮੇਰੇ ਕੋਲ ਸਭ ਤੋਂ ਪਹਿਲਾਂ ਮੱਥਾ ਟੇਕਣਾ ਜ਼ਰੂਰੀ ਹੈ। ਨਾਲ ਦੀ ਨਾਲ ਇੱਕ ਹੋਰ ਵੀ ਤੁਸੀਂ ਇੱਕ ਗੱਲ ਸੁਣੀ ਹੋਣੀ ਆ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਇੱਕ ਥਾਣੇਦਾਰ ਨੂੰ ਮੈਂ ਕੰਮ ਕਿਹਾ ਸੀ ਅਤੇ ਉਹ ਕੰਮ ਕਰਨ ਤੋਂ ਤੂੰ ਉਹਨੂੰ ਰੋਕਿਆ। ਹੁਣ ਇੱਥੇ ਸਮਝਣ ਵਾਲੀਆਂ 2 ਗੱਲਾਂ ਨੇ ਕਿ ਇਹ ਗੁੱਸਾ ਜਿਹੜਾ ਵਿਧਾਇਕ ਸਾਹਿਬ ਨੂੰ ਸੀ ਇਹ ਉਹਨਾਂ ਦਾ ਕੰਮ ਰੋਕ ਕੇ ਜਾਣ ਦਾ ਸੀ ਜਾਂ ਫਿਰ ਆਪਣੇ ਦਰਬਾਰ 'ਚ SHO ਦੇ ਨਾਂ ਆਉਣ ਦਾ ਸੀ? ਇੱਥੇ ਇੱਕ ਆਪਾਂ ਵੱਡਾ ਸਵਾਲੀਆ ਚਿੰਨ ਲਾ ਦਿੰਦੇ ਹਾਂ, ਇਹ ਹਵਾ 'ਚ ਲਟਕਦਾ ਸਵਾਲ ਹੈ ਕਿ ਵਿਧਾਇਕ ਸਾਹਿਬ ਨੂੰ ਤਕਲੀਫ ਕਿਸ ਗੱਲ ਦੀ ਹੋ ਗਈ ਸੀ ਕਿ SHO ਨੇ ਆ ਕੇ ਉੱਥੇ ਅਹੁਦਾ ਸੰਭਾਲਿਆ ਅਤੇ ਵਿਧਾਇਕ ਨੂੰ ਆ ਕੇ ਦੱਸਿਆ ਨਹੀਂ ਕਿ ਮੈਂ ਇੱਥੇ ਨਵਾਂ SHO ਆਇਆ, ਜਾ ਕੇ ਉਹਨਾਂ ਦੇ ਪੈਰਾਂ ਨੂੰ ਜਾ ਕੇ ਹੱਥ ਕਿਉਂ ਨਹੀਂ ਲਾਏ, ਉਹਨਾਂ ਤੋਂ ਮਨਜ਼ੂਰੀ ਕਿਉਂ ਨਹੀਂ ਲਈ? ਕਿਹੜਾ ਕਾਨੂੰਨ ਕਹਿੰਦਾ ਹੈ, ਕਿਸ ਕਾਨੂੰਨ ਦੇ ਵਿੱਚ ਲਿਖਿਆ ਹੈ ਕਿ ਇੱਕ ਜਿਹੜਾ ਡਿਪਾਰਟਮੈਂਟ, ਇੱਕ ਜਿਹੜਾ ਵਿਭਾਗ ਵੱਖਰਾ, ਪੁਲਿਸ ਵਿਭਾਗ ਵੱਖਰਾ, ਜੇ ਉਹਨੇ ਅਹੁਦਾ ਸੰਭਾਲਣਾ ਤਾਂ ਵਿਧਾਇਕ ਨੂੰ ਪਤਾ ਹੋਣਾ ਜ਼ਰੂਰੀ ਹੈ?
ਵਿੱਚੋਂ ਵਿਧਾਇਕ ਸਾਹਿਬ ਇਹ ਵੀ ਕਹਿੰਦੇ ਆ ਕਿ ਤੂੰ ਮੈਨੂੰ ਇਹ ਦੱਸ ਕਿ ਐਸ ਐਸ ਪੀ ਨਾਲ ਦੇਣ ਦੇ ਵਿੱਚ ਕਿੰਨੀ ਗੱਲਬਾਤ ਕੀਤੀ ਆ। ਐਸ ਐਸ ਪੀ ਉਹਨਾਂ ਦਾ ਅਫਸਰ ਹੈ, ਪੁਲਿਸ ਦਾ ਇੰਚਾਰਜ ਹੈ ਪੂਰੇ ਜ਼ਿਲ੍ਹੇ ਦਾ, ਉਹਨਾਂ ਦੇ ਨਾਲ ਗੱਲ ਕਰਨੀ ਜ਼ਰੂਰੀ ਹੈ। ਵਿਧਾਇਕ ਸਾਹਿਬ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਕਿ ਜੇਕਰ ਉਹ ਆਪਣੇ ਐਸ ਐਚ ਓ ਦੇ ਨਾਲ ਗੱਲ ਕਰਦੇ ਆ ਜਾਂ ਕੋਈ ਇੰਚਾਰਜ ਜਾਂ ਕੋਈ ਡੀ ਸੀ ਜਾਂ ਕੋਈ ਹੋਰ ਅਹੁਦੇਦਾਰ ਜਿਹੜੇ ਸਰਕਾਰੀ ਕਰਮਚਾਰੀ ਹੈ ਜੇਕਰ ਅਹੁਦਾ ਸੰਭਾਲਦੇ ਆ ਤਾਂ ਇੱਕ ਵਿਧਾਇਕ ਨੂੰ ਜਾ ਕੇ ਉਸਦੀ ਜਾਣਕਾਰੀ ਦੇਣੀ ਜ਼ਰੂਰੀ ਹੈ। ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਅਤੇ ਕਿਹੜੀ ਸਰਕਾਰ ਕਹਿੰਦੀ ਇਸ ਦਾ ਜਵਾਬ ਕੈਪਟਨ ਅਮਰਿੰਦਰ ਸਿੰਘ ਨੂੰ ਦੇਣਾ ਪੈਣਾ, ਇਹ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਪੈਣਾ ਕਿ ਇਹ ਅਖਤਿਆਰ ਕਿਹਨੇ ਦਿੱਤੇ ਆ ਵਿਧਾਇਕਾਂ ਨੂੰ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ। ਅੱਜ ਅਸੀਂ ਸਲਾਮ ਕਰਦੇ ਹਾਂ, ਕੈਪਟਨ ਸਾਹਿਬ ਵੀ ਸਲਾਮ ਕਰਦੇ ਆ ਕਿ ਪੰਜਾਬ ਪੁਲਿਸ ਹੈ ਜਿਹੜੀ ਉਹ ਮੂਹਰਲੀ ਕਤਾਰ 'ਚ ਆ ਕੇ ਲੜਾਈ ਲੜ ਰਹੀ ਹੈ ਇਸ ਵੇਲੇ ਕੋਵਿਡ 19 ਦੀ, ਇਸ ਵੇਲੇ ਕਰੋਨਾ ਦੀ ਲੜਾਈ ਲੜ ਰਹੀ ਹੈ। ਫਿਰ ਇਸ ਐਸ ਐਚ ਓ 'ਤੇ ਇੱਕ ਵਿਧਾਇਕ ਦੇ ਵੱਲੋਂ ਇਸ ਤਰੀਕੇ ਦੇ ਨਾਲ ਰੋਬ ਮਾਰਨੇ ਕਿੱਥੋਂ ਦਾ ਇਹ ਜਾਇਜ਼ ਕਾਨੂੰਨ ਹੈ? ਕਿਹੜਾ ਕਾਨੂੰਨ ਕਹਿੰਦਾ ਹੈ ਕਿ ਵਿਧਾਇਕ ਇਸ ਤਰੀਕੇ ਦੇ ਨਾਲ ਟ੍ਰੀਟ ਕਰੇ? ਤੁਹਾਨੂੰ ਯਾਦ ਹੋਣਾ ਇਸ ਤੋਂ ਪਹਿਲਾਂ ਵੀ ਇੱਕ ਵਿਧਾਇਕ ਦੇ ਵੱਲੋਂ ਇੱਕ ਲੇਡੀ ਪੁਲਿਸ ਐਸ ਐਚ ਓ 'ਤੇ ਰੋਬ ਮਾਰੇ ਗਏ ਸੀ, ਜਿਸ ਨੂੰ ਕਿਹਾ ਗਿਆ ਸੀਗਾ ਕਿ ਤੇਰਾ ਜੁੱਲੀ ਬਿਸਤਰਾ ਗੋਲ ਕਰ ਦੇਣਾ। ਉਦੋਂ ਵੀ ਇਹ ਮੁੱਦਾ ਬਹੁਤ ਭਖਿਆ ਸੀਗਾ ਅਤੇ ਉਦੋਂ ਵੀ ਕਿਤੇ ਨਾ ਕਿਤੇ ਸਰਕਾਰ ਐਕਸ਼ਨ ਲੈਣ ਤੋਂ ਪਿੱਛੇ ਰਹਿ ਗਈ ਸੀ। ਤਾਂ ਇਹ ਪੰਜਾਬ ਦੇ ਵਿੱਚ ਦੂਜਾ ਮਾਮਲਾ ਹੈ ਜਦੋਂ ਇੱਕ ਸਰਕਾਰੀ ਕਰਮਚਾਰੀ 'ਤੇ ਇਸ ਤਰੀਕੇ ਦੇ ਨਾਲ ਟ੍ਰੀਟ ਕੀਤਾ ਗਿਆ ਹੋਵੇ, ਫੋਨ ਕਰਕੇ ਉਸਨੂੰ ਧਮਕਾਇਆ ਗਿਆ ਹੋਵੇ। ਇਸ 'ਤੇ ਬਹੁਤ ਸਾਰੀਆਂ ਪਾਰਟੀਆਂ ਦੇ ਰਿਐਕਸ਼ਨ ਵੀ ਆਏ ਆ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਇਸ ਨੂੰ ਨਿੰਦਾ ਯੋਗ ਕਿਹਾ। ਸੁਣਦੇ ਹਾਂ ਕੀ ਕੁਝ ਕਿਹਾ ਮਾਨ ਨੇ। ਦੋਸਤੋ, ਇੱਕ ਪਾਸੇ ਤਾਂ ਪੰਜਾਬ ਪੁਲਿਸ ਜਿਹੜੀ ਹੈ, ਮੈਂ ਵੀ ਹਰਜੀਤ ਸਿੰਘ ਹਾਂ ਦੇ ਨਾਲ ਮੁਹਿੰਮ ਚਲਾਉਂਦੀ ਹੈ ਆਪਣੀਆਂ ਫੋਰਸ ਦਾ ਜਿਹੜਾ ਹੌਸਲਾ ਵਧਾਉਣ ਵਾਸਤੇ। ਰੈੱਡ ਕਾਰਪੇਟ ਵਿਛਾ ਕੇ ਉਹ ਜਿਹੜਾ ਮੁੰਡਾ ਹਰਜੀਤ ਸਿੰਘ ਸੀ ਉਹਨੂੰ ਹਸਪਤਾਲ ਦੇ ਵਿੱਚੋਂ ਰਿਸੀਵ ਕੀਤਾ ਜਾ ਰਿਹਾ DGP ਦੁਆਰਾ। ਅਤੇ ਦੂਜੇ ਪਾਸੇ ਕਾਂਗਰਸ ਦੇ MLA ਸੱਤਾ ਦੇ ਨਸ਼ੇ 'ਚ ਇਸ ਤਰ੍ਹਾਂ ਬੇਇੱਜ਼ਤੀਆਂ ਕਰ ਰਿਹਾ ਅਫਸਰਾਂ ਦੀਆਂ, SHO ਦੀਆਂ ਜਾਂ ਜਿਹੜੇ ਵੀ ਅਫਸਰ ਹੈਗੇ ਨੇ। ਸੋ ਆਮ ਆਦਮੀ ਪਾਰਟੀ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਅਤੇ ਹਰਮਿੰਦਰ ਸਿੰਘ ਗਿੱਲ ਉੱਤੇ ਪੁਲਿਸ ਜਿਹੜੇ ਮੁਲਾਜ਼ਮ ਨੂੰ ਡਿਊਟੀ ਦੌਰਾਨ ਪਹਿਲਾਂ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦਾ ਅਤੇ ਧਮਕੀ ਦੇਣ ਦਾ ਪਰਚਾ ਦਰਜ ਹੋਣਾ ਚਾਹੀਦਾ, FIR ਹੋਣੀ ਚਾਹੀਦੀ। ਕੈਪਟਨ ਸਾਹਿਬ, ਤੁਸੀਂ ਫੌਜ ਦੇ ਕੈਪਟਨ ਰਹੇ ਹੋ, ਕੋਈ ਡਿਸਿਪਲਨ ਹੁੰਦਾ ਫੋਰਸਾਂ 'ਚ? ਫੋਰਸ ਡਿਸਿਪਲਨ ਨਾਲ ਚੱਲਦੀ ਹੈ। ਜੇ ਇਸ ਤਰ੍ਹਾਂ ਫੋਰਸ ਨੂੰ ਡੀਮੋਰਲਾਈਜ਼ ਕਰੀ ਜਾਓਗੇ ਫਿਰ ਮੈਂ ਵੀ ਹਰਜੀਤ ਸਿੰਘ ਨਾਂ ਦੀ ਮੁਹਿੰਮ ਜਿਹੜੀ ਹੈ ਉਹਦਾ ਕੋਈ ਫਾਇਦਾ ਨਹੀਂ। ਅਤੇ ਹੁਣ ਚਲਾ ਲਏ ਫਿਰ ਹੁਣ ਪੰਜਾਬ ਪੁਲਿਸ ਕੀ ਇਹ ਮੁਹਿੰਮ ਚਲਾਊਗੀ ਕਿ ਮੈਂ ਵੀ MLA ਹਾਂ ਜਾਂ ਮੈਂ ਵੀ ਹਰਮਿੰਦਰ ਸਿੰਘ ਗਿੱਲ ਹਾਂ? ਹੁਣ ਉਹਨੂੰ ਵੀ ਰੈੱਡ ਕਾਰਪੇਟ ਵਿਛਾ ਦਿਓ ਹੁਣ ਜਦੋਂ ਘਰੋਂ ਬਾਹਰ ਨਿਕਲੂਗਾ ਉਹ। ਉਲਟਾ ਹਰਮਿੰਦਰ ਸਿੰਘ ਗਿੱਲ ਫੇਸਬੁੱਕ 'ਤੇ ਸਫਾਈ ਦਿੰਦਾ ਕਹਿ ਰਿਹਾ ਜੇ ਹਲਕੇ ਦੇ ਚੁਣੇ ਹੋਏ ਵਿਧਾਇਕਾਂ ਦੇ ਫੋਨ ਉਸ ਹਲਕੇ ਦੇ ਜਿਹੜੇ SHO ਨੇ ਉਹ ਰਿਕਾਰਡ ਕਰਕੇ ਇੱਦਾਂ ਫੇਸਬੁੱਕ 'ਤੇ ਪਾਉਣਗੇ ਤਾਂ ਫਿਰ ਲੋਕਾਂ ਦੇ ਕੰਮ ਕਿਵੇਂ ਕਰਾਵਾਂਗੇ? ਕੀ ਗੱਲ ਦੋ ਨੰਬਰ ਦੇ ਕੰਮ ਨੇ ਜੀ? ਕੋਈ ਤੁਹਾਨੂੰ ਡਰ ਲੱਗਦਾ ਕੋਈ ਗਲਤ ਕੰਮ ਕਰਵਾ ਰਹੇ ਹੋ ਇਹਦਾ ਮਤਲਬ ਤਾਂ ਫਿਰ? ਸੋ ਮੈਂ ਵੀ 9 ਹਲਕਿਆਂ ਨੂੰ ਰੀਪ੍ਰਜੈਂਟ ਕਰਦਾ ਜੀ, ਹਰਮਿੰਦਰ ਸਿੰਘ ਗਿੱਲ ਜੀ 9 ਹਲਕਿਆਂ ਨੂੰ ਰੀਪ੍ਰਜੈਂਟ ਕਰਦਾ ਇੱਕ MP ਪੰਜਾਬ 'ਚ। ਅਤੇ ਮੇਰੀ ਹਰ ਰੋਜ਼ ਅਫਸਰਾਂ ਨਾਲ ਗੱਲ ਹੁੰਦੀ ਰਹਿੰਦੀ ਹੈ, ਮੈਂ ਤਾਂ ਕਦੇ ਮੁਨਸ਼ੀ ਨੂੰ ਵੀ ਇਸ ਤਰ੍ਹਾਂ ਨਹੀਂ ਬੋਲਿਆ। ਜੇ ਇੱਜ਼ਤ ਕਰਾਉਣੀ ਹੈ ਤਾਂ ਇੱਜ਼ਤ ਕਰਨੀ ਵੀ ਸਿੱਖੋ, ਠੀਕ ਹੈ ਨਾ? ਸੋ ਇਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਵੈਸੇ ਨੈਤਿਕਤਾ ਤਾਂ ਇੱਧਰ ਤਾਂ ਕੀ ਨੈਤਿਕਤਾ ਦੀ ਉਮੀਦ ਕਰਦੇ ਹਾਂ, ਜੇ ਨੈਤਿਕਤਾ ਹੁੰਦੀ ਤਾਂ ਇਹ MLA ਜਿਹੜਾ SHO ਨਾਲ ਤਮੀਜ਼ ਨਾਲ ਗੱਲ ਕਰ ਲੈਂਦਾ। ਸੋ ਇੱਧਰ ਤਾਂ ਨੈਤਿਕਤਾ ਦੀ ਮੈਨੂੰ ਕੋਈ ਉਮੀਦ ਨਹੀਂ। ਕੈਪਟਨ ਸਾਹਿਬ, ਤੁਸੀਂ MLA ਦੇ ਪ੍ਰਧਾਨ ਹੋ, ਤੁਸੀਂ ਸਰਕਾਰ ਦੇ ਵਿੱਚੋਂ ਮੁੱਖ ਮੰਤਰੀ ਹੋ, ਇਮੀਡੀਏਟਲੀ ਇਹਦਾ ਅਸਤੀਫਾ ਦਿਓ ਪੱਟੀ ਦੇ MLA ਦਾ। ਹੁਣ ਜੇ ਤੁਸੀਂ ਉਸ ਮਤਲਬ SHO ਦੀ ਬਦਲੀ ਕਰਤੀ ਜਾਂ ਫਿਰ ਜਿਵੇਂ ਉਹ ਕਹਿ ਰਿਹਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਹਨੇ ਮੇਰਾ ਫੋਨ ਰਿਕਾਰਡ ਕਿਉਂ ਕੀਤਾ ਅਤੇ ਫੇਸਬੁੱਕ 'ਤੇ ਕਿਉਂ ਪਾਇਆ? ਜਿਵੇਂ ਫਿਰ ਤੁਸੀਂ ਫਾਜ਼ਿਲਕਾ ਵਾਲੀ SHO ਜਿਹੜੀ ਲੇਡੀ ਸੀ ਉਹਦੀ ਬਦਲੀ ਕਰਤੀ ਸੀ, ਫਿਰ ਜੇ ਇਹਦੀ ਬਦਲੀ ਕਰਤੀ ਫਿਰ ਪੁਲਿਸ ਜਿਹੜੀ ਹੈ ਕਿਰਪਾ ਕਰਕੇ ਫਿਰ ਮੈਂ ਵੀ ਹਰਜੀਤ ਸਿੰਘ ਹਾਂ ਜਾਂ ਜਿਹੜੀਆਂ ਉਹ ਮੁਹਿੰਮਾਂ ਚਲਾਉਂਦੇ ਹੋ ਉਹਦਾ ਕੋਈ ਫਾਇਦਾ ਨਹੀਂ ਹੈਗਾ। ਸੋ ਇਸ ਕਰਕੇ ਬਾਕੀ ਫੋਰਸ ਦਾ ਹੌਸਲਾ ਵਧਾਉਣ ਵਾਸਤੇ ਹਰਮਿੰਦਰ ਸਿੰਘ ਗਿੱਲ 'ਤੇ ਡਿਊਟੀ ਦੌਰਾਨ ਵਿਘਨ ਪਾਉਣ ਦਾ ਅਤੇ ਧਮਕੀ ਦੇਣ ਦਾ ਪਰਚਾ ਦਰਜ ਹੋਣਾ ਚਾਹੀਦਾ ਅਤੇ ਇਮੀਡੀਏਟਲੀ MLA ਦੇ ਅਹੁਦੇ ਤੋਂ ਅਸਤੀਫਾ ਲੈ ਲੈਣਾ ਚਾਹੀਦਾ। ਕੈਪਟਨ ਸਾਹਿਬ ਨੂੰ ਇਹੀ ਬੇਨਤੀ ਕਰਦਾ ਮੈਂ ਤਾਂ ਕਿ ਅੱਗੇ ਤੋਂ ਕੋਈ ਕਿਸੇ ਵੀ ਲੈਵਲ ਦੇ ਅਫਸਰ ਨੂੰ ਜਿਹੜਾ ਉਹ
कोई धमकाउण दी जां इस तरह मन दी शब्दावली वरतन दी हिम्मत ना कर सके। चर्चा का विशा बनी हुई है ये ऑडियो, असी थोनू ऑडियो भी सुनाई है तो नाल दी नाल भगवंत मान का रिएक्शन भी सुनाया। भगवंत मान का भी यो ही कहना है कि इस तरीके दियां घटनावां इस तरीके दियां हरकतां बर्दाश्त करन योग नहीं हुंदियां। हुण वारी आउंदी है कैप्टन अमरिंदर सिंह दी ते सरकार दी कि सरकार अपने इस विधायक नूं किस तरीके दे नाल ट्रीट करदी है, इस वायरल हुई ऑडियो ते किस तरह का उन्हां ते एक्शन करदी है, और नाल दी नाल ये भी सरकार स्पष्ट करे कि यह कानून की कौन-कौन किताब है सरकार दे कोल जिदे विच ये लिखा होवे वी विधायकां कोले जाके हर एक अहुदा संभालण वाले सरकारी कर्मचारी नूं हाजरी लवाउणी जरूरी है। हर एक अपडेट लैके आवांगे, तुसीं देखदे रहना विजन पंजाब टीवी। फॉर मोर न्यूज़ अपडेट्स एंड एंटरटेनमेंट वीडियोज प्लीज़ सबसक्राइब आवर चैनल। फॉर ऑल लेटेस्ट नोटिफिकेशन डोंट फॉरगेट टू प्रेस द बेल आइकन।